ਮੈਂ ਕੋਈ ਬੱਚਾ ਤਾਂ ਨਹੀਂ ਨਾ। ਉੱਠੀ ਦੇਖ ਮੈਂ ਜੀਂਦੀ, ਉੱਠੀ ਦੇਖ ਮੈਂ ਜੀਂਦੀ, ਗਿਲ ਆਇਆ ਤੁਹਾਡੇ ਪਾਲਣ ਵਾਲੀ। ਬਈ ਵਾ ਨੌਕਰਾ, ਮਕਸਦ ਰੋਵਣ ਦੇ ਨਾਲ ਮੈਂ ਤਾਂ ਨੌਕਰਾਂ ਹਾਂਜ ਨਸੀਬ ਦੀ, ਹਾਏ ਤੇਰੇ ਵਾਸੇ ਚ ਉਹਦਾ ਪਿਆ ਆਇਆ ਅਕਬਰ ਦੀ, ਉਹ ਜਗੀਰ ਦੇ ਵਜਵਾ ਠੀਕ ਹੈ ਸਜਾਦ ਰਿਹਾ ਹੈ। ਸੈਯਦਾ ਦਿਨ ਉੱਠੀ ਦੇਖ ਮੈਂ ਜੀਂਦੀ, ਉਹ ਗਿਲ ਆਇਆ ਤੇਰੇ ਪਾਲਣ ਵਾਲੀ। ਵਾਹ ਬਈ ਵਾਹ, ਭਲਾ ਵੀ ਰਾਤ ਵਧੀ ਹੋਈ ਏ, ਰੋ ਕਿਆ ਦਾ ਹੁਣ ਉੱਠ ਤੋਂ ਆਪ ਲਹਾ ਮਾਗੂ ਤੜਾ ਹੈ ਕਮਜ਼ੋਰ। ਅਮੀਰ ਬਣ ਕੇ ਸੁਣਿਆ ਤੁਸਾਂ, ਮੈਂ ਕੁਰਬਾਨ ਹੋ ਜਾਵਾਂ, ਬਰਛੀ ਖਾ ਕੇ ਕਰਬਲਾ ਸਮਝਾ ਬੜਾ ਸੌਗ ਹੈ, ਬੁੱਬੀਆਂ ਨੇ ਲੈ ਕਦੀ ਉਸ ਬਾਜ਼ਾ, ਕਦੀ ਸ਼ਰਾਬੀ ਦਾ ਦਰਬਾ। ਚੌਥੇ ਇਮਾਮ ਦੀ ਰਾਤ ਵੱਧੀ ਹੋਈ ਹੈ, ਉੱਠੀ ਦੇਖ ਮੈਂ ਜੀਂਦੀ, ਗਿਨ ਆਇਆ ਤੇਰੇ ਪਾਲਣ ਵਾਲੀ। ਬਸ ਤੁਹਾਡੀਆਂ ਧੀਆਂ ਦੇ ਪਰਦੇ ਹੋਵਣ, ਅੱਲਾ ਦਰਜਾਤ ਬੁਲੰਦ ਕਰੇ। ਮਾਲਕਾਂ ਦੇ ਅਜ਼ੀਮ ਅਦਾ ਖਾਨ ਗੁਜ਼ਰੇ ਨੇ ਹਾਫਜ਼ ਮੁਹੰਮਦ ਅਲੀ ਖਾਨ ਬਲੋਚ, ਦਰਜਾਤ ਬੁਲੰਦ ਹੋਵਣ। ਉਹ ਅਦਬ ਦੇ ਨਾਲ ਇਵੇਂ ਪੜ੍ਹਦੇ ਹੁੰਦੇ ਹਨ, ਤਮਾਮ ਨਬੀਆਂ ਦੀ ਮਿਹਨਤ ਨੂੰ ਇਸਤਕਾਮਤ ਅਤਾ ਕਰਕੇ ਮਹਿਲੇ ਯਜ਼ੀਦੀਅਤ ਤੇ ਪਰਚਮੇ ਹੁਸੈਨੀ ਲਹਿਰਾ ਕੇ ਈ ਮਿਸ਼ਨ ਦੇ ਵਿੱਚੋਂ ਚੰਦ ਬੱਚੇ ਜ਼ਖਮੀ ਮੁਬੱਲਗ ਨਾਲ ਲਾ ਕੇ ਅਲੀ ਅਕਬਰ ਦੀ ਜਾਗੀਰ ਦੇ ਬੰਨੇ ਤੇ ਆਈਏ। ਕਦੀ ਇਮਾਮ ਹੁਸੈਨ ਨਾਲ ਚਲਾਕੀ ਨਾ ਕਰੀ, ਨਾ ਇਹ ਜਹਾਨ ਬਚਣਾ ਹੀ ਤੇ ਨਾ ਅਗਲਾ ਜਹਾਨ ਬਚਣਾ ਹੀ, ਹਕੀਕਤ ਦਾ ਗਿਰੀਆ ਇੰਨਾ ਹੀ ਹੁੰਦਾ। ਤੁਹਾਡੀਆਂ ਧੀਆਂ ਦੇ ਪਰਦੇ ਹੋਵਣ, ਨੌਕਰਾਂ ਹੱਥ ਬੱਧੀ ਖਲੋਤਾ, ਅਦਬ ਦੇ ਨਾਲ ਸਾਰੀ ਜ਼ਿੰਦਗੀ ਬਾਦਸ਼ਾਹਾਂ ਦਾ ਮਸਾਹਿਬ ਪੜਿਆ ਹੈ, ਰੋਕਣ ਵਾਲੇ ਰੋਕਿਆ ਹੈ। ਜਾਬਰ ਇਬਨ ਅਬਦੁੱਲਾ ਅੰਸਾਰੀ ਅਕਲਾ ਵਧਾ ਮਰੇ ਦੇ ਆਵਾਜ਼ ਦੇ ਕਦਮ ਮੁਸਾਫੇ, ਯਾ ਵਾਗ ਵਲਾ ਯਾ ਪੂਰ ਲਹਾ। ਮਸਾਹਿਬ ਦੇ ਆਸ਼ਕ ਲੋਕ ਹੋ ਨਾ, ਮੇਰੇ ਵਾਸਤੇ ਪੜ੍ਹਨਾ ਸੌਖਾ ਹੈ, ਤੁਹਾਡੇ ਵਾਸਤੇ ਸੁਣਨਾ ਸੌਖਾ ਹੈ। ਜਿਵੇਂ ਜੁਮਲਾ ਦਮਿਸ਼ਕ ਦੀਆਂ ਮੋੜਾਂ ਦੇ ਮਕਤੂਲ ਇਮਾਮ ਸੁਣਾਏ, ਰਾਤ ਵਧ ਗਈ ਏ ਹੱਕਲ ਮਾਰ ਗਦਰ ਜਾਵੇ, ਮੇਰੇ ਪਰਦਾਦਾਰ ਥੱਕ ਪਏ ਅੱਗੇ ਬਹੁ ਟੁਰਦੇ ਰਹੇ, ਅੱਜ
क्यों टुरे ने भाई वाह तेरिया दिया दे पर दे उमन अदब दे नाल औखी सतर पढ़ना चाहना बस भी मुखाणी हो मेरे इमाम दी रात वधी होई है सैयदा दे नजा एक कहंदा हुक्म है दे कहंदा मुहारी इस नगरी दे डू बादशाह है एक वड्डा बादशाह है जेड़ा किसे नू कुछ नहीं याद हुक्म छोटे दे पे चल दे चंद बंदे हाय दे विच भी शामिल नहीं होए ओ मात में दादार मोरी मोहम्मद च आवाज आए आवाज आया कर किसे नू गुजा किया भेड़ी शाम नार लड़ा हकीकत दा गिरिया इन्ना ही हुंदा है ਤੁਹਾਡੀਆਂ ਧੀਆਂ ਦੇ ਪਰਦੇ ਹੋਣ ਮੁਕਾਣੀਓ ਔਖੀ ਸਤਰ ਪੜਨ ਲੱਗਾ ਜ਼ਿੰਦਗੀ ਦਾ ਪਤਾ ਕੋਈ ਨਹੀਂ ਸਾਰੀ ਗੱਲ ਮੈਂ ਛੋੜਦਾ ਪਿਆ ਸੈਯਦ ਅਦਨਸਾ ਨਾਮ ਕਿਆ ਹੈ ਜਿਹੜੇ ਬਾਦਸ਼ਾਹ ਦੇ ਹੁਕਮ ਪੇ ਚੱਲਦੇ ਨੇ ਦੇਖ ਕੇ ਤਾਂ ਬਿਸਮਿਲ੍ਲਾਹਿ ਰਹਿਮਾਨ ਰਹੀਮ ਗਾਜ਼ੀ ਅੱਬਾਸ ਉਹ ਗਾਜ਼ੀ ਦੇ ਮੁਰੀਦ ਐਡੇ ਸੋਹਣੇ ਅੰਦਾਜ਼ ਨਾਲ ਮੌਲਾ ਅੱਬਾਸ ਦਾ ਨਾਮ ਚਾਇਆ ਨੌ ਦਫਾ ਮੌਲਾ ਸਜਾਦ ਪੁੱਛਿਆ ਨੌ ਦਫਾ ਜਾ ਬਡਸਾ ਜਿਹੜਾ ਨਾਵੀ ਦਫਾ ਡਸਦਾ ਪਿਆ ਯਾਤਰੀ ਜੇ ਮੁਹੰਮਦ ਵਿੱਚ ਦੋ ਨਿੱਕੀਆਂ ਨਿੱਕੀਆਂ ਸੈਯਦਾਦੀਆਂ ਜਣੀਆਂ ਜਿੰਨਾ ਇੱਕ ਬਾਇ ਦੇ ਗੱਲ ਚ ਬਾਈ ਪਾਈਆਂ ਹੱਕਲ ਮਾਰ ਗਿਆ ਦਿਨ ਇਹ ਲਹਣ ਨਾ ਲਹਣ ਇਹਨਾਂ ਦੀ ਮਰਜ਼ੀ ਅਸਾਂ ਤਾਂ ਨੌਕਰ ਦੀਆਂ ਧੀਆਂ ਸਾਰੀ ਗੱਲ ਮੈਂ ਛੋੜਦਾ ਪਿਆ ਮੋਰੀ ਮਾਮਲ ਵਿੱਚੋਂ ਮੇਰੀ ਮਖਦੂਮਾ ਇਰਸ਼ਾਦ ਫਰਮਾਇਆ ਸਜਾ ਇਹ ਕੌਣ ਇੱਥੇ ਕਿਆ ਦਾ ਇੱਕ ਆਖ ਮੈਂ ਪੈਦਲ ਨਹੀਂ ਟੁਰਦੀ ਜਿਵੇਂ ਜੁਮਲਾ ਜਾਬਰ ਨੇ ਸੁਣਿਆ ਹੈ ਤੇਰੇ ਤੇ ਮੇਰੇ ਥੱਕੇ ਇਮਾਮ ਦਾ ਹੱਥ ਨੱਪਾ ਹੈ ਚੰਦ ਕਦਮ ਪਰੇ ਘਿਨ ਗਿਆ ਹੈ ਦੇ ਕਦਮ ਮੁਹਾਰੀ ਮੁੱਦਤ ਦਾ ਬਿਮਾਰ ਲੱਗਦਾ ਹੈ ਸ਼ਰਾਫਤ ਦੇ ਚਿਹਰੇ ਦਾ ਤਵਾਫ ਕਰੇਂਦੀ ਹੈ ਇਹ ਜਿਹੜੀ ਤੇਰੀ ਬੀਬੀਆਂ ਦੀ ਮੈਂ ਪੈਦਲ ਨਹੀਂ ਟੁਰਦੀ ਇੱਕ ਪੈਦਲ ਟੁਰਨਾ ਪਾਸੀ ਕਿਆ ਹੈ ਸੈਯਦਾ ਦੀ ਧੀ ਆਲੀਆ ਹੈ ਨਾ ਬਾਲੀਆ ਜਾਇਆ ਹੈ ਮੇਰੇ ਇਮਾਮ ਦੀ ਮਜ਼ੀਦ ਰੱਦ ਵਧੀਏ ਹੱਕਲ ਮਾਰ ਗਿਆ ਦੇ ਨਗਰੇ ਬੀਬੀ ਹੁਕਮ ਦੇਵੇ ਤੁਹਾਡੀਆਂ ਧੀਆਂ ਦੇ ਪਰਦੇ ਹੋਵਣ ਉਹ ਵੈਣ ਪੜਨ ਲੱਗਾ ਜਸਵੈਣ ਤੇ ਉਮਲ ਮਸਾਹਿਬ ਸੈਣ ਦੀ ਗੁਰਬਤ ਦੀ ਮੋਹਰੇ ਮੈਂ ਵੈਣ ਸ਼ਾਮ ਕੀਤਾ ਈ ਤੁਹਾਡੀਆਂ ਧੀਆਂ ਦੇ ਪਰਦੇ ਹੋਵਣ ਮੁਖਾਣੀ ਹੋ ਔਖਾ ਵੈਣ ਸ਼ਾਮ ਦੀ ਮਲਗਾ ਮੈਨੂੰ ਤਾਕਤ ਤਾ ਕਰਿਆ ਔਖੇ ਵੈਣ ਤੇ ਆ ਗਿਆ ਸਾਰੀ ਗੱਲ ਪੈ ਛੋੜਦਾ ਬੀਬੀ ਇਰਸ਼ਾਦ ਫਰਮਾਈ ਗੁਆਕ ਮੇਰੇ ਮਹਮਲ ਦੇ ਨੇੜੇ ਆਵੇ ਜਾਬਰ ਮਹਮਲ ਦੇ ਤੱਲੇ ਆਇਆ ਹੈ ਸਰ ਝੁਕਾਇਆ ਹੈ ਹੱਥ ਜੋੜ ਕੇ ਤਾਂ ਬੀਬੀ ਹੁਕਮ ਕਰੋ ਕਿਆ ਆਖਣਾ ਚਾਹੁੰਦੇ ਹੋ ਆਲੀਆ ਸੈਣ ਇਰਸ਼ਾਦ ਫਰਮਾਇਆ ਜਾਬਰ ਮੇਰੀ ਕਤਾਰ ਫਿਰਾਵਾਂ ਦੀ ਮਾਰੀ ਗਈ ਜੇ ਕੋ 18 ਸਾਲ ਬੁਰਗਿਆ ਬਲੇ ਦੀ ਰਹੀ ਹੈ ਆਪਣੇ ਜਲਾਲੀਆਂ ਵਾਲੇ ਸਰਦਾਰ ਕੁਵਾਂ ਕੇ ਮੈਂ ਨਾ ਪੈਗਾਮ ਦੇ ਜੀ ਬੀਬੀ ਕਿਹੜਾ ਪੈਗਾਮ ਹੈ ਐਡਾ ਔਖਾ ਵੈਣ ਕੀਤਾ ਮਲਮਾ ਸਾਹਿਬ ਸੈਣ ਕਰਬਲਾ ਦੀ ਨਗਰੀ ਦੇ ਵਿੱਚ ਜ਼ਲਜ਼ਲਾ ਆਇਆ ਹੈ ਬੀਬੀ ਅੱਗੇ ਦੂਰ ਦੀਆਂ ਵਸਦੀਆਂ ਉਹ ਭੇੜੀ ਦੇ ਨਾਰਾਜ਼ ਫਿਰਾ ਨਹੀਂ ਸੀ ਦੇ ਜਦਾਂ ਭੇਣ ਆਵੇ ਮਲਕੀਅਤ ਵਿੱਚ ਉਹ ਨਹੀਂ ਤੁਰਨ ਦੇ ਹੁਕਮ